ਨਿਕੜ ਵੇਖੀ ਨੇ ਕਿੰਨੇ ਟੋਰ ਨਾਲ ਲਾਗੋਂ ਦੀ ਲੰਘ ਕੇ ਗਈ ਆ। ਕਿਤੇ ਇੰਨਾ ਦਿਮਾਗ ਕੰਮ ਕਰਦਾ ਹੀ ਨਹੀਂ ਆ ਕਿ ਮੈਂ ਬਹਾਨੇ ਜਿਹਦੇ ਨਾਲ ਮੰਮੀ ਨੂੰ ਪੁੱਛਣਾ ਕਿ ਮੰਮੀ ਚੱਲ ਮੇਰੇ ਕੋਲ ਗਲਤੀ ਹੋ ਗਈ, ਮੈਂ ਨਹੀਂ ਆਈ, ਜਾਂ ਹੁਣ ਤੁਸੀਂ ਠੀਕ ਜੇ। ਪਰ ਨਹੀਂ, ਸਾਡੀ ਤਾਂ ਸ਼ਾਨ ਦੇ ਵਿੱਚ ਫਰਕ ਪੈਂਦਾ ਵਾ ਨਾ। ਨਾਲੇ ਹੁਣ ਉਂਝ ਵੀ ਇਹਨੇ ਦੱਸਿਆ ਕੀ ਸੋਚਣਾ ਵਾ ਕਿ ਮੇਰੇ ਭਰਾ ਭਰਜਾਈ ਛੱਡ ਕੇ ਗਏ ਆ, ਮੈਂ ਨਹੀਂ ਹੁਣ ਕਿਸੇ ਦੀ ਗੱਲ ਸੁਣਦੀ ਗੈਂਦੀ ਹੈਗੀ। ਅਤੇ ਆ ਜਾਓ ਮੰਮੀ, ਅੰਦਰ ਜਾ ਕੇ ਇਹਦੇ ਨਾਲ ਗੱਲ ਕਰੀਏ। ਕਰਨੀ ਪੈਣੀ ਹੈ, ਇੱਦਾਂ ਤਾਂ ਨਹੀਂ ਗੱਲ ਬਣਨੀ ਹੈਗੀ। ਪਰ ਇਹ ਨਾ ਹੋਵੇ ਕਿ ਆਰਾਮ ਨਾਲ ਤੁਸੀਂ ਗੱਲ ਕਰੋ, ਵੀ ਪੂਰਾ ਗੁੱਸਾ ਵਿਖਾਇਓ। ਇਹ ਨਾ ਹੋਵੇ ਬਾਅਦ 'ਚ ਮੈਨੂੰ ਬੋਲਣਾ ਪਵੇ, ਅਤੇ ਜੇ ਮੈਂ ਇਹਦੇ ਅੱਗੇ ਬੋਲੀ ਨਾ ਫਿਰ ਇਹਨੂੰ ਮਿਰਚਾਂ ਬੜੀਆਂ ਲੱਗਦੀਆਂ ਹੁੰਦੀਆਂ ਕਿ ਹਾਂ ਜਾਂ ਇਹ ਕਾਹਤੋਂ ਬੋਲਦੀ ਹੈ, ਮੈਨੂੰ ਜ਼ਹਿਰ ਵਿਖਾਈ ਦਿੰਦੀ ਹੈ ਜਦੋਂ ਇਹ ਇੱਥੇ ਤੁਰੀ ਫਿਰਦੀ ਹੈ। ਆ ਤੂੰ ਇਹਦੇ ਚੰਗੀ ਤਰ੍ਹਾਂ ਨਾਸਾ ਪਿਓ, ਫਿਰ ਮੈਨੂੰ ਮਜ਼ਾ ਆਉਣਾ ਜੇ। ਵੇਖੀ ਸਹੀ ਤੂੰ ਇਹਦਾ ਹਾਲ, ਮੈਂ ਕੀ ਕਰਨੀ ਆ ਹੁਣ, ਫਿਕਰ ਨਾ ਕਰ ਤੂੰ। ਭਾਬੀ ਜੀ ਵੈਸੇ ਨਾ ਕੁਲਦੀਪ ਦੇ ਨਾਲ ਨਾ ਰੌਣਕ ਬੜੀ ਸੀ, ਅਤੇ ਘਰ ਨਾ ਹੁਣ ਖਾਲੀ ਖਾਲੀ ਜਿਹਾ ਲੱਗਣ ਡਿਆ ਆ। ਹਾਂ ਇਹ ਗੱਲ ਤਾਂ ਹੈ ਰਵਿੰਦਰ, ਮੈਨੂੰ ਆਪ ਘਰ ਹੋਰ ਤਰ੍ਹਾਂ ਦਾ ਲੱਗਣ ਡਿਆ ਵਾ, ਤਾਂ ਅਜੇ ਤਾਂ ਤੂੰ ਹੈਗੀ ਹੈ ਮੇਰੇ ਕੋਲ, ਅਤੇ ਜਿੱਦਾਂ ਤੂੰ ਚੱਲ ਗਈ ਤਾਂ ਫਿਰ ਮੈਂ ਫਿਰ ਇਕੱਲੀ ਤਾਂ ਬਹਿ ਰਹਿਣਾ ਮੰਜੀ 'ਤੇ, ਫਿਰ ਹੋਰ ਖਾਲੀ ਖਾਲੀ ਲੱਗਣਾ, ਹੋਰ ਸਗੋਂ ਲੱਗਣਾ ਖਾਲੀ। ਇਹ ਬਾਹਰ ਅੰਦਰ ਚੱਲ ਜਾਣ ਤਾਂ ਮੇਰੇ ਲਾਗੇ ਤਾਂ ਕੋਈ ਵੀ ਨਹੀਂ ਹੁੰਦਾ ਫਿਰ। ਉਹਦਾ ਵੈਸੇ ਹੈ ਤਾਂ ਸਹੀ, ਠੀਕ ਸੀ ਵੀ ਸੰਦੀਪ ਦੀ ਰੌਣਕ ਬਹੁਤ ਘਰ ਵਿੱਚ ਰੌਣਕ ਉਡਾਈਦੀ ਆ, ਸੰਦੀਪ 'ਤੇ ਚੱਲ ਗਈ ਆ। ਹਾਂ ਇੱਦਾਂ ਨਾ ਕਰੀਏ, ਅਸੀਂ ਕਿਤੇ ਘੁੰਮ ਫਿਰੀ ਆਈਏ। ਤੇ ਚਲੋ ਮੈਂ ਤਾਂ ਤਿਆਰ ਹੀ ਆ, ਲੈ ਸਹੀ ਆ ਕੱਪੜੇ, ਸ਼ੁਕਰ ਨਹੀਂ ਤਿਆਰ ਹੁੰਦੇ ਵਿਹਲੀ ਆ। ਤੁਸੀਂ ਵੀ ਕਿਤੇ ਘੁੰਮਣ ਫਿਰਨ ਦਾ ਨਾਂ ਲਿਆ ਆਈ ਆ, ਮੈਂ ਘੁੰਮਣ ਫਿਰਨ ਤਿਆਰ ਹੀ ਰਹਿਣਾ। ਸ਼ੁਕਰ ਮੈਂ ਤੁਹਾਡੇ ਬਹਾਨੇ ਇਹਨੇ ਵੀ ਘੁੰਮਣ ਫਿਰਨ ਦਾ ਨਾਂ ਲਿਆ, ਨਹੀਂ ਤੇ ਮੈਨੂੰ ਤਾਂ ਕਦੀ ਕਿਹਾ ਹੀ ਨਹੀਂ ਕੱਲੀ ਨੇ ਵੀ ਚੱਲ ਇਹਨੇ ਵੀ ਘੁੰਮਾ ਫਿਰਾ ਲਿਆਵਾਂ। ਤੁਹਾਨੂੰ ਵੀ ਲੈ ਕੇ ਜਾਣਗੇ, ਚਲੋ ਵੀਰ ਜੀ ਆਉਂਦੇ ਨਾ ਝੋਨੇ ਦੇ ਬਾਅਦ ਡੀਲੇ ਨੂੰ ਵੀ ਪਾਣੀ ਆ ਜਾਊ, ਉਹੀ ਹਿਸਾਬ ਆ ਮੇਰਾ, ਤੁਹਾਡੇ ਬਹਾਨੇ ਮੈਂ ਵੀ ਘੁੰਮ ਫਿਰ ਆਊਂ। ਤੂੰ ਤੇ ਗੱਲਾਂ ਨਾ ਬਣਾ, ਮੈਂ ਪੱਠੇ ਵਾ ਵੇਖ ਮੰਡਾਂ ਗਾਉਣ ਤੇ ਫਿਰ ਚੱਲਦੇ ਆ। ਹੋ ਤਿਆਰ ਹੋ, ਚਲ ਕੋਈ ਨਾ, ਠੀਕ ਆ ਭਾਬੀ ਜੀ ਤਿਆਰ ਹੋਵੋ, ਮੈਂ ਤਾਂ ਤਿਆਰ ਹੀ ਹਾਂ, ਮੈਂ ਤਾਂ ਇੱਦਾਂ ਹੀ ਚੱਲ ਜਾਣਾ। ਚੱਲ ਆ ਮੈਂ ਕੱਪੜੇ ਬਦਲ ਲੈਂਦੀ ਹਾਂ। ਹਾਂ ਆ ਤਾਂ ਮੇਰਾ ਕੱਪ ਤਾਂ ਖਾਲੀ ਹੈ, ਮੈਂ ਚਾਹ ਪੀ ਲਈ ਕੱਪ ਹੋਰ ਲੈਵਾਂ ਨਾ, ਬਸ ਹੁਣ ਨਹੀਂ ਹੋਰ ਚਾਹ ਪੀ ਲਈ, ਠੰਡ ਬੜੀ ਆ ਜਿਹੜੀ ਠੰਡ ਹੈ ਆ ਹੁਣ ਖਰੀ ਜਾਂਦੇ। ਹਾਂ ਚੱਲ ਆ ਮੈਂ ਪੀ ਲਾਂ ਫਿਰ, ਮੈਂ ਤਿਆਰ ਹੁੰਦੀ। ਪੀ ਲਓ ਫਿਰ ਤੁਸੀਂ ਚਾਹ। ਸੰਦੀਪ ਨੇ ਨਾ ਆਪ ਤਾਂ ਕਿਤੇ ਜਾਣਾ ਨਹੀਂ ਸੀ, ਇਹਦੇ ਕਰਕੇ ਨਾ ਆਪਾਂ ਵੀ ਰਹਿ ਗਏ। ਪਰ ਨਾ ਭਾਬੀ ਜੀ ਸੰਦੀਪ ਦਾ ਨਾ ਔਖਾ ਹੀ ਆ, ਜਿਹੜੀ ਉਹਨਾਂ ਦੇ ਨਾਲ ਨਾ ਟਾਈਮ ਪਾਸ ਕਰੀ ਜਾਂਦੀ ਆ, ਜਿੱਦਾਂ ਦੀ ਉਹਦੀ ਨਣਾਨ ਅਤੇ ਸੱਸ ਆ ਨਾ, ਬਹੁਤ ਔਖਾ ਆ ਉਹਦੇ ਵਾਸਤੇ। ਹਾਂ ਰਵਿੰਦਰ ਗੱਲ ਤਾਂ ਤੇਰੀ ਠੀਕ ਆ, ਜੋ ਕਿਸਮਤ ਵਿੱਚ ਹੈਗਾ ਸੀ ਉਹਨੂੰ ਮਿਲ ਗਿਆ, ਇਹ ਹੁਣ ਗੁੱਡੇ ਗੁੱਡੀ ਦਾ ਖੇਡ ਤਾਂ ਹੈ ਨਹੀਂ ਆ, ਵਿਆਹ ਤਾਂ ਜ਼ਿੰਦਗੀ 'ਚ ਇੱਕੋ ਵਾਰੀ ਹੋਣਾ ਵਾ, ਹੁਣ ਇੱਦਾਂ ਤਾਂ ਹੁਣ ਹੋ ਰਿਹਾ ਵੀ ਇੱਕ ਬੰਨੇ ਮਾੜਾ ਮਿਲਿਆ ਹੈ ਤਾਂ ਅਸੀਂ ਚੁੱਕ ਦੂਜੇ ਬੰਨੇ ਵਿਆਹ ਕਰ ਦਾਂਗੇ। ਇਹ ਤਾਂ ਹੁਣ ਜ਼ਿੰਦਗੀ ਦੇ ਵਿੱਚ ਜੇ ਚੰਗਾ ਵਰ ਮਿਲ ਗਿਆ ਫਿਰ ਜ਼ਿੰਦਗੀ ਸਵਰਗ ਆ, ਅਤੇ ਜੇ ਮਾੜਾ ਮਿਲ ਗਿਆ ਤਾਂ ਉਹ ਵਿਚਾਰੀ ਦੀ ਜ਼ਿੰਦਗੀ ਨਰਕ ਬਣ ਜਾਂਦੀ ਆ। ਇਹ ਨਾ ਹੁਣ ਆਪਣੀ ਕਿਸਮਤ ਦੀ ਗੱਲ ਆ, ਹਰ ਕਿਸੇ ਦੀ ਕਿਸਮਤ ਨਾਲ ਕੋਈ ਰਲ ਥੋੜ੍ਹਾ ਸਕਦਾ। ਆਹੋ ਅਤੇ ਹੁਣ ਆਪਣੇ ਵੱਲੋਂ ਤਾਂ ਅਸੀਂ ਚੰਗਾ ਹੀ ਕੀਤਾ ਸੀ, ਹੁਣ ਉਹਨਾਂ ਦੇ ਦਿਲ ਵਿੱਚ ਤਾਂ ਕਿਸੇ ਨੇ ਵੜ ਕੇ ਵੇਖਿਆ ਨਹੀਂ ਸੀ, ਜਦੋਂ ਰਿਸ਼ਤਾ ਕੀਤਾ ਸੀ ਉਦੋਂ ਤਾਂ ਬੜੀਆਂ ਮੂੰਹ ਦੀਆਂ ਮਿੱਠੀਆਂ ਸੀ ਆਉਂਦੀਆਂ ਸੀ ਵੀ ਬਸ ਇਹੋ ਹੀ ਇਹੋ ਹੈ ਸਭ ਕੁਛ, ਹੁਣ ਇਕੱਲੀ ਇਕੱਲੀ ਨੂੰਹ ਆ, ਜੇ ਉਹਨਾਂ ਦੇ ਹੱਥ ਹੁੰਦਾ ਤਾਂ ਚਲੋ ਇਕੱਲੀ ਇਕੱਲੀ ਨੂੰਹ ਨੂੰ ਚਾਵਾਂ ਨਾਲ ਸਾਂਭਦੇ, ਕਿਤੇ ਫੁੱਲਾਂ ਵਾਂਗੂ ਰੱਖਦੇ, ਪਰ ਇੰਨੀ ਸਮਝੀ ਹੈ ਨਹੀਂ ਉਹਨਾਂ ਨੂੰ, ਬਸ ਆਪਣਾ ਹੀ ਲਾਲਚੀ ਉਹਨਾਂ ਨੂੰ, ਬਸ ਵੀ ਅਸੀਂ ਸਭ ਕੁਛ ਹੀ ਲੈ ਲਈਏ ਹੜੱਪੜੀਏ ਸਭ ਕੁਝ। ਚਲੋ ਭਾਬੀ ਜੀ ਹੁਣ ਇਹ ਗੱਲਾਂ ਤਾਂ ਛੱਡੋ, ਉਹਦੇ ਦੁੱਖ ਤਾਂ ਇੱਦਾਂ ਹੁਣ ਮੁੱਕਣੇ ਨਹੀਂ ਗੱਲਾਂ ਕੀਤੀਆਂ, ਚਲੋ ਤਿਆਰ ਹੋ ਚੱਲੀਏ ਫਿਰ। ਹਾਂ ਚਲੋ ਮੇਰੀ ਨਾ ਫਿਕਰ ਕਰ ਤੂੰ, ਮੈਂ ਤੇਰੇ ਨੂੰ ਪਹਿਲਾਂ ਪੱਠੇ ਪਾ ਕੇ ਨਾ ਅਤੇ ਵਿਹਲਾ ਹੋ ਜਾਣਾ ਵਾ, ਤੇਰੇ ਸਾਹਮਣੇ ਵੇਖ ਕੇ ਚੱਲ ਤੂੰ ਪਹਿਲਾਂ ਤਿਆਰ ਹੋ ਜਾਣਾ ਵਾ, ਤੁਸੀਂ ਟਾਈਮ ਲਾਉਣਾ ਵਾ, ਤੁਹਾਡੀਆਂ ਹੀ ਤਨਖਾਹ ਸਵਾਲੇ ਜਾਣੀਆਂ, ਤੁਹਾਡੀ ਮੀਡੀਆ ਨਹੀਂ ਹੋਣੀ ਮੇਰੀ ਭਾਵੇਂ। ਚੱਲ ਵੇਖ ਲੈਂਦੇ ਹਾਂ ਰਵਿੰਦਰ, ਚਾਹ ਲੈ ਛੇਤੀ ਛੇਤੀ, ਚਲੋ ਇੱਦਾਂ ਤਿਆਰ ਹੋਣਾ।
ਸਸਿਕਾ ਮਾਮਾ ਜੀ ਸਸਿਕਾ ਤੁਸੀਂ ਅਚਾਨਕ ਹੀ ਆ ਗਏ ਜੀ ਫੋਨ ਫਾਨ ਨਹੀਂ ਕੀਤਾ ਕੋਈ ਉਹ ਮੈਂ ਇੱਧਰ ਲੱਗ ਗਿਆ ਆ ਕੇ ਬੰਦੇ ਨੂੰ ਮਿਲਣਾ ਸੀ ਅੱਛਾ ਤੇ ਉਹਨੂੰ ਮਿਲ ਕੇ ਆਇਆ ਤੇ ਮੈਂ ਕਿਹਾ ਚੱਲ ਜਾਂਦੇ ਜਾਂਦੇ ਮਿਲ ਚੱਲਿਆ ਤੁਹਾਨੂੰ ਨਹੀਂ ਨਹੀਂ ਚੱਲ ਆ ਵਧੀਆ ਕੀਤਾ ਟਾਈਮ ਨਾਲ ਹੀ ਆ ਗਏ ਜੇ ਅਸੀਂ ਚੱਲੇ ਸੀ ਕਿਤੇ ਅੱਛਾ ਹਾਂ ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਜਾਣਾ ਮੈਂ ਤਾਂ ਹੀ ਆਣ ਕੇ ਡੱਕ ਲਿਆ ਤੁਸੀਂ ਚਲੋ ਭਾਬੀ ਜੀ ਆਪਾਂ ਹੁਣ ਤਿਆਰ ਤਾਂ ਹੋ ਹੀ ਗਏ ਹਾਂ 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 ਚੱਲੀਏ ਬਸ ਜਾ ਹੀ ਆਈਏ ਲੇਟ ਨਾ ਹੋਈਏ ਠੰਡ ਬੜੀ ਅੰਦਰ ਮੈਂ ਪਾਣੀ ਲਿਆਉਣੀ ਡੈਡ ਜੀ ਤੁਸੀਂ ਦੱਸ ਹੀ ਦਿੰਦੇ ਆਉਣ ਲੱਗਿਆ ਕਿਉਂਕਿ ਅਸੀਂ ਚੱਲੇ ਸੀ ਗੁਰਦੁਆਰਾ ਸਾਹਿਬ ਤੁਸੀਂ 2 ਮਿੰਟ ਵੀ ਲੇਟ ਆਉਂਦੇ ਨਾ ਤਾਂ ਤੁਹਾਨੂੰ ਨਾ ਘਰ ਰਜਿੰਦਰੇ ਲੱਗੇ ਮਿਲਣੇ ਸੀ ਮੈਂ ਫਿਰ ਵਾਪਸ ਮੁੜ ਜਾਣਾ ਵੇਖ ਲਿਓ ਨਾ ਠੀਕ ਆ ਨਹੀਂ ਵਾਪਸ ਕੋ ਮੁੜਨਾ ਜੇ 10 ਦਿਨ ਦੇ ਮਾੜਾ ਫੋਨ ਕਰਕੇ ਆਪਾਂ ਜਾਣਾ ਹੀ ਨਹੀਂ ਹੈਗਾ ਕਿਉਂਕਿ ਮੈਂ ਕਿਹਾ ਚੱਲ ਹੁਣ ਆਏ ਹਾਂ ਅਤੇ ਘੁੰਮ ਫਿਰ ਲਈਏ ਮੁੜ ਕੇ ਤਾਂ ਫਿਰ ਘੁੰਮ ਫਿਰ ਨਹੀਂ ਹੁੰਦਾ ਉੱਥੇ ਤਾਂ ਫਿਰ ਇਕੱਲੇ ਰਹੀਦਾ ਆ ਰਹਿੰਦੇ ਤੂੰ ਰਹਿਣਾ ਕਿ ਕਿੱਦਾਂ ਵਾ ਮੈਂ ਤਾਂ ਵੀ ਆਇਆ ਮੈਂ ਚੱਲ ਚੱਲੀਏ ਹੁਣ ਉਹ ਨਹੀਂ ਮਾਮਾ ਜੀ ਅਜੇ ਨਹੀਂ ਇਹਨੂੰ ਜਾਣ ਦੇਣਾ ਹੁਣ ਤਾਂ ਅਸੀਂ ਘੁੰਮਣਾ ਫਿਰਨਾ ਵਾ ਤੁਹਾਨੂੰ ਤਾਂ ਪਤਾ ਹੀ ਆ ਇੰਨਾ ਚਿਰ ਹੋਗਾ ਪਹਿਲਾਂ ਸੰਦੀਪ ਇੱਥੇ ਸੀ ਅੱਜ ਤਾਂ ਉਹਨੇ ਛੱਡ ਕੇ ਆਏ ਹਾਂ ਅਤੇ ਹੁਣ ਅਸੀਂ ਵਿਹਲੇ ਹੋਏ ਹਾਂ ਅਤੇ ਹੁਣ ਸੋਚਿਆ ਚੱਲ 2-4 ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਹੁਣ ਦੀ ਆਈ ਨੇ ਕਿਹਦਾ ਕਦੋਂ ਆਉਣਾ ਵਾ ਰਹਿਣ ਤੋਂ ਅਜੇ ਨਹੀਂ ਜਾਣਾ ਹੈਗਾ ਚਲੋ ਠੀਕ ਆ ਫਿਰ ਤੁਸੀਂ ਘੁੰਮਾ ਸਕਦਾ 4 ਦਿਨ ਘੁੰਮ ਲਓ ਮੈਂ ਤਾਂ ਸੋਚਿਆ ਵੀ ਚੱਲ ਆਇਆ ਅਤੇ ਮੈਂ ਨਾਲ ਲੈ ਚੱਲਣਾ ਉੱਦਾਂ ਫਿਰ ਨਹੀਂ ਤਾਂ ਸੋਨੂੰ ਨੂੰ ਛੱਡਣ ਜਾਣਾ ਪੈਣਾ ਸੀ ਉਹ ਮਾਮਾ ਜੀ ਮੇਰਾ ਕੋਈ ਵਾਂਡਾ ਮਾਰਨ ਲੱਗਿਓ ਦੀਦੀ ਦੇ ਬਹਾਨੇ ਤਾਂ ਮੈਂ ਚੱਲ ਜਾਣਾ ਸੀ ਨਾਨਕੇ ਉੱਦਾਂ ਮੈਨੂੰ ਇਹਨਾਂ ਨੇ ਕਿੱਥੇ ਖੜਨਾ ਵਾ ਅਤੇ ਨਾਲੇ ਤੁਹਾਡੀ ਗੱਡੀ ਲੱਗੀ ਹੈ ਤਾਂ ਉਹ ਛੱਡ ਆਵਾਂਗੇ ਅਸੀਂ ਚਲੋ ਗੱਡੀ ਦੀ ਕੋਈ ਗੱਲ ਨਹੀਂ ਗੱਡੀ ਉੱਥੇ ਸਾਡੇ ਕੋਲ ਹੈਗੀ ਆ ਵੱਡੀ ਗੱਡੀ ਕਿਹੜੀ ਆਪਣੇ ਘਰ ਲੱਗੀ ਆ ਕੋਈ ਨਹੀਂ ਪੁੱਤ ਤੁਸੀਂ ਉੱਦਾਂ ਉਹ ਬਹਾਨੇ ਨਾ ਕਿਉਂ ਆਉਣਾ ਵਾ ਉੱਦਾਂ 4 ਦਿਨ ਆ ਕੇ ਰਹੋ ਨਾਲੇ ਰੌਣਕਾਂ ਲੱਗਣਾ ਉੱਥੇ ਨਹੀਂ ਮਾਮਾ ਜੀ ਮੈਂ ਤਾਂ ਉੱਦਾਂ ਹੀ ਹੱਸਣ ਡੀ ਹਾਂ ਨਿਆਣੇ ਦੀ ਪੜ੍ਹਾਈ ਹੈ ਖਰਾਬ ਹੁੰਦੀ ਆ ਤਾਂ ਇੰਨਾ ਚਿਰ ਕਿੱਥੇ ਰਹਿ ਜਾਂਦਾ ਹੈ ਚਲੋ ਮੈਂ ਤਾਂ ਕਹਿਣ ਡੀ ਹਾਂ ਵੀ ਚੱਲ ਨਾਲ ਗੱਡੀ ਛੱਡ ਆਵਾਂਗੇ ਅਤੇ ਨਾਲ ਮਿਲਵਾਂਗੇ ਜਾ ਕੇ ਸੱਚ ਮੈਨੂੰ ਪੈਸੇ ਦਿੱਤੇ ਸੀ ਵੀਰ ਨੇ ਮੇਰੇ ਭਰਾ ਭਰਜਾਈ ਦਾ ਪਿਆਰ ਮੈਨੂੰ ਪਤਾ ਜਿੰਨੇ ਕੋ ਪੈਸੇ ਦਿੰਦਾ ਹੁੰਦਾ ਤੈਨੂੰ ਬੜਾ ਵੱਡਾ ਸ਼ਾਹੂਕਾਰ ਆ ਨਾ ਆਹ ਸਿਖਾਇਆ ਭਰਾ ਭਰਜਾਈ ਨੇ ਕਿ ਜਾ ਕੇ ਆਪਣੀ ਸੱਸ ਨਾਲ ਜਵਾਨ ਲੜਾਈ ਤੇ ਤੁਸੀਂ ਕਿੰਨਾ ਵੀ ਮੇਰੇ ਨਾਲ ਚੰਗਾ ਵਿਹਾਰ ਕਰਦੀਆਂ ਜੇ ਮੇਰੇ ਇੱਥੋਂ ਮੇਰੇ ਜੀ ਹੋ ਗਏ ਤੁਹਾਨੂੰ ਬੜੀ ਹੈਗੀ ਅਕਲ ਤੂੰ ਕਿੱਦਾਂ ਬੋਲਣ ਡਈ ਕਿੱਦਾਂ ਬੋਲਣ ਡਈ ਮੈਂ ਉਹਨੂੰ ਕੀ ਬੋਲਦੇ ਫੋਨ ਤੇ ਕਿੰਨੀਆਂ ਗੱਲਾਂ ਲੈਣ ਗਏ ਉਦੋਂ ਤੂੰ ਆਈ ਨੀ ਹੁਣ ਮਾਂ ਜੀ ਆਣ ਕੇ ਜ਼ਬਾਨਾਂ ਖੁੱਲ ਗਈਆਂ ਵਾ ਹੁਣ ਤੈਨੂੰ ਕਿੰਨੇ ਕਿਹਾ ਸੀ ਇੱਥੇ ਆਉਣ ਵੱਲੋਂ ਕਿੰਨੇ ਤੈਨੂੰ ਆਰਡਰ ਦਿੱਤਾ ਹੈ ਮੈਂ ਆਪਣੇ ਘਰ ਆਈ ਆ ਤੋ ਉਦੋਂ ਤਾਂ ਮੈਂ ਬਾਹਰ ਲੈ ਕੇ ਚੱਲੀ ਹੈ ਕਿ ਤਾਂ ਬਾਹਰ ਦੇ ਮੁਲਕ ਲੈ ਚੱਲੀ ਹਾਂ ਤੇ ਫੇਰ ਕੀ ਹੋਇਆ ਤੁਹਾਨੂੰ ਜੇ ਮੈਂ ਕਹਿਤਾ ਕਿ ਮੈਂ 2 ਦਿਨ ਹੋਰ ਰਹਿਣਾ ਮਾਮੇ ਦੀ ਕੁੜੀ ਕਰਕੇ ਤੇ ਤੁਸੀਂ ਇੰਨੇ ਗੁੱਸੇ ਚ ਕਾਟੋ ਜੇ ਅੱਛਾ ਤੇ ਮਾਮੇ ਦੀ ਕੁੜੀ ਨਾਲ ਉਹਨਾਂ ਦੇ ਉੱਥੇ ਚੱਲ ਜਾਓ ਨਾ ਫਿਰ ਬਾਹਰ ਦੇ ਮੁਲਕ ਹੀ ਤੇ ਐਦਾਂ ਹੀ ਆ ਨਾ ਜਿੱਦਾਂ ਤੇਰਾ ਜੀ ਕਰਦਾ ਰਹਿਣ ਨੂੰ ਮੇਰਾ ਵੀ ਤੇ ਜੀ ਕਰਦਾ ਨਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਖਬਰਦਾਰ ਜੀ ਮੇਰੀ ਆਪਣੇ ਨਾਲ ਤੁਲਨਾ ਕੀਤੀ ਮੈਂ ਇਸ ਘਰ ਦੇ ਵਿੱਚ ਜਦੋਂ ਮਰਜ਼ੀ ਆਵਾਂ ਤੇ ਜਦੋਂ ਮਰਜ਼ੀ ਜਾਵਾਂ ਤੂੰ ਕੌਣ ਹੁੰਦੀ ਮੈਨੂੰ ਕੁਛ ਕਹਿਣ ਵਾਲੀ ਤੇ ਤੂੰ ਵੀ ਕੌਣ ਹੁੰਦੀ ਮੈਨੂੰ ਰੋਕਣ ਵਾਲੀ ਮੈਂ ਵੀ ਆਪਣੇ ਪੇਕੇ ਜਦੋਂ ਮਰਜ਼ੀ ਜਾਵਾਂ ਜਦੋਂ ਮਰਜ਼ੀ ਆਵਾਂ ਤੂੰ ਕਿਉਂ ਮੈਨੂੰ ਰੋਕਦੀ ਆ ਮੇਰੀ ਸੱਸ ਨਹੀਂ ਇੱਥੇ ਹੈਗੀ ਮੇਰੀ ਮਰਜ਼ੀ ਆ ਇੱਥੇ ਤੁਹਾਡੀ ਸੱਸ ਦੀ ਚੱਲਣੀ ਨਾ ਕਿ ਤੁਹਾਡੀ ਬਥੇਰਾ ਮੈਂ ਆਪਣੀ ਸੱਸ ਦੇ ਹਿਸਾਬ ਨਾਲ ਚੱਲਦੀ ਆ
ਬਥੇਰੀਆਂ ਮਨ ਮੰਨ ਕੇ ਚੱਲੀ ਆ, ਪਰ ਹੁਣ ਇਹਦੇ 'ਚ ਮੈਂ ਕੀ ਕਰਾਂ ਜਦੋਂ ਮੇਰੀ ਸੱਸ ਨੂੰਹ ਨੂੰ ਪਿੱਛੇ ਕਰ ਕੇ ਧੀ ਨੂੰ ਹਮੇਸ਼ਾ ਅੱਗੇ ਰੱਖਦੀ ਆ, ਮੇਰੀ ਸੱਸ ਨੂੰ ਹੀ ਅਕਲ ਨਹੀਂ ਹੈਗੀ ਤੇ ਮੈਂ ਕੀ ਕਰਾਂ? ਉਹ ਕੀ ਅਕਲ ਵਾਲੀ ਅਕਲ ਵਾਲੀ ਉਹਦੀ ਹੈਂ ਤੈਨੂੰ ਬਹੁਤ ਅਕਲ ਆ। ਮੰਮੀ ਨੂੰ ਬਾਹਰ ਘਰੋਂ ਕੱਢੋ, ਫੇਰ ਇਹਦੀ ਅਕਲ ਟਿਕਾਣੇ ਹੋਣੀ, ਤੈਨੂੰ ਨਹੀਂ ਅਕਲ ਆਉਣੀ। ਇਹਦੀ ਅਕਲ ਟਿਕਾਣੇ ਮੈਂ ਹੁਣ ਇਹ ਲਾਉਣੀ, ਇੱਕ ਵਾਰੀ ਚੋਰ ਚਿੱਟਾ ਕਰ ਲੈ ਕੀ ਕਰ ਬਣਾਇਆ ਮੁੰਡਾ ਤੇ ਹੁੰਦਾ ਟੇਚ ਪੇੜਾ ਜੁਰਤ ਪਈ ਉਹਨੂੰ ਮਾਰਨ ਕਿੱਦਾਂ ਜੁਰਤ ਪਈ ਮੈਨੂੰ ਕੁੜੀ ਮੇਰੇ ਤੇ ਹੱਥੀ ਪਈ ਹੈ, ਆਹ ਵੇਖ ਲਾ ਕਰਤੂਤ ਇਹਦੀ, ਆਹ ਵੇਖ ਲਾ ਨਾ ਬੰਦ ਪਈ ਸੀ, ਨਿਕਲ ਬਾਹਰ ਇੱਥੋਂ ਨਿਕਲ, ਸੋਨਾ ਨੂੰ ਕੱਢ ਕੇ ਲੈ ਚੱਲੀ ਸੀਗੀ, ਹਾਏ ਸਾਰਾ ਕੁਛ ਲੈ ਆਇਆ ਭਰਾ ਭਰਜਾਈ ਇਹਨੂੰ ਛੱਡਣ ਆਏ, ਵੇਖ ਲਾ ਇਹਦੀ ਕਰਤੂਤ ਝੂਠਾ ਰੋ ਰੋ ਕੇ ਦੱਸਣ ਲੱਗੀ ਆ, ਤੇਰੀ ਆਕੜ ਇੱਦਾਂ ਭੱਜਣੀ ਵੇਖੀ ਸਹੀ, ਰੋਂਦੀ ਰਹਿੰਦੇ ਗੇਟ ਮਾਰਦੇ ਕੁੰਡਾ ਮਾਰ ਤੂੰ ਤੇ ਇੱਧਰ ਆ ਜਾ ਰਮਾਨ ਨਾ। ਹਾਏ ਸੰਦੀਪ ਕੀ ਹੋਇਆ ਤੈਨੂੰ, ਰੌਣਕ ਆਈ ਆ, ਲੈ ਬੂਆ ਵੀ ਬੰਦ ਤੋਂ, ਗੱਲ ਕੀ ਹੋਈ ਦੱਸ ਤਾਂ ਸਹੀ। ਮੇਰੀ ਸੱਸ ਨੇ ਤੈਨੂੰ ਨਾਨ ਨੇ ਮੈਨੂੰ ਘਰੋਂ ਕੱਢ ਕੇ ਬੂਆ ਬੰਦ ਕਰ ਦਿੱਤਾ। ਹਾਏ ਹਾਏ ਗੱਲ ਕੀ ਹੋਈ ਆ, ਤੇ ਕਵਲ ਕਿੱਥੇ ਆ? ਕਵਲ ਘਰ ਨਹੀਂ ਹੈਗੇ, ਕਿਤੇ ਗਏ ਆ, ਮੇਰੇ ਕੋਲ ਫੋਨ ਵੀ ਨਹੀਂ ਹੈਗਾ। ਹਾਏ ਨੀ ਆ, ਲੈ ਫੜ ਤੂੰ ਕਵਲ ਨੂੰ ਫੋਨ ਕਰ, ਲੈ ਮੈਂ ਤੈਨੂੰ ਖੋਲ ਕੇ ਦਵਾਂ, ਲੈ ਫੜ ਲਾ ਫੋਨ, ਤੂੰ ਗੱਲ ਕਰ ਉਹਨਾਂ, ਚੁੱਪ ਕਰ ਹੌਸਲੇ ਨਾਲ ਗੱਲ ਕਰ, ਚੁੱਪ ਕਰਕੇ ਗੱਲ ਕਰ ਹੌਸਲੇ ਨਾਲ। ਹੈਲੋ ਹੈਲੋ ਕਮਲ, ਛੇਤੀ ਘਰ ਆ ਜਾਓ, ਛੇਤੀ ਘਰ ਆ ਜਾਓ, ਜਿੱਥੇ ਵੀ ਹੈਗੇ ਆ। ਕਮਲ ਮੰਮੀ ਤੇ ਪ੍ਰੀਤੀ ਨੇ ਮੈਨੂੰ ਬਹੁਤ ਕੁੱਟਿਆ ਮਾਰਿਆ, ਨਾਲੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ, ਛੇਤੀ ਆ ਜਾਓ। ਚੁੱਪ ਕਰ, ਆ ਜਾਂਦਾ ਆਪੇ ਹੁਣੇ, ਰੋ ਨਾ ਤੂੰ ਮੇਰੀ ਭੈਣ, ਚੁੱਪ ਕਰ ਜਾ, ਦੱਸ ਇੰਨਾ ਏਡੀ ਕੀ ਗੱਲ ਹੋ ਗਈ ਤੈਨੂੰ, ਘਰੋਂ ਹੀ ਕੱਢ ਛੱਡਿਆ ਇਹਨਾਂ ਨੇ, ਚੁੱਪ ਕਰ, ਚੱਲ ਕੋਈ ਨੀ ਚੁੱਪ ਕਰ, ਆ ਜਾ ਨਹੀਂ ਤੇ ਮੇਰੇ ਕੋਲ ਉੱਧਰ ਆ ਜਾ, ਹਾਂ ਆ ਜਾ ਉਹਨਾਂ ਚਿਰ, ਆ ਜਾ ਕਬਲ ਉਹਨਾਂ ਨੇ ਆ ਜਾਣਾ, ਮੈਂ ਇੱਥੇ ਹੀ ਠੀਕ ਹਾਂ। ਚੱਲ ਵੇਖ ਲਾ ਫਿਰ ਤੇਰੀ ਮਰਜ਼ੀ, ਚੁੱਪ ਕਰਕੇ ਰੋ, ਚੰਗਾ ਉਹ ਆਉਣ ਹੀ ਵਾਲਾ ਵਾ, ਚੰਗਾ ਚੁੱਪ ਕਰ ਜਾ ਮੇਰੀ ਭੈਣ।
ਤੂੰ ਯਾਰ ਚਾਹ ਬਣਾ ਕੇ ਲਿਆ ਹੁਣ, ਕਦੋਂ ਦੇ ਆਏ ਮਾਮਾ ਜੀ, ਐਵੇਂ ਗੱਲਾਂ ਮਾਰੀ ਜਾਣ ਡਈ ਆ, ਠੰਡ ਬੜੀ ਆ। ਲਿਆਉਣੀ ਹੈਲੋ, ਸਤਿ ਸ਼੍ਰੀ ਅਕਾਲ ਭਾਅ ਜੀ। ਹਾਂਜੀ ਠੀਕ ਠਾਕ ਜੀ, ਘਰ ਕੀ ਗੱਲ ਹੋਈ ਹੈ? ਭਾਅ ਜੀ ਹੁਣ ਤੁਸੀਂ ਉਹਨੂੰ ਛੱਡ ਕੇ ਆਏ ਹਾਂ, ਚੰਗੀ ਭਲੀ ਹੱਸਦੀ ਖੇਡਦੀ ਨੂੰ, ਕੀ ਗੱਲ ਹੋ ਗਈ ਉਹਨੂੰ ਇੱਡੀ ਛੇਤੀ? ਕੋਈ ਨਹੀਂ ਭਾਅ ਜੀ, ਮੈਂ ਤਾਂ ਚਲੇ ਜਾਣਾ, ਤੁਸੀਂ ਕਦੋਂ ਆਉਣਾ ਵਾ? ਕੋਈ ਨਹੀਂ ਚਲੇ ਜਾਂਦੇ, ਹੁਣੇ ਚਲੇ ਜਾਣਾ ਮੈਂ। ਹਾਂ ਮੈਂ ਜਾ ਕੇ ਦੱਸਦਾ, ਪਤਾ ਕਰਦਾ ਕੀ ਗੱਲ। ਮਾਮਾ ਜੀ ਕਵਲ ਦਾ ਫੋਨ ਸੀ, ਕਹਿੰਦੇ ਸੰਦੀਪ ਗੇਟੋਂ ਬਾਹਰ ਬੈਠੀ ਆ ਤੇ ਰੋਣ ਡਈ ਹੈ। ਕਿਉਂ? ਪਤਾ ਨਹੀਂ ਕੀ ਗੱਲ ਹੋ ਜਾਂਦੀ, ਜਾ ਕੇ ਪਤਾ ਕਰੋ ਤੇ ਨਾਲ ਮੈਨੂੰ ਵੀ ਦੱਸੋ ਜਾ ਕੇ। ਉਹਦੀ ਸੱਸ ਬੜੀ ਬੈੜੀ ਆ, ਹੁਣ ਪਤਾ ਨਹੀਂ ਸੱਸ ਦੇ ਨਾਲ ਲੜਾਈ ਹੋਈ ਜਾਂ ਕੀ ਗੱਲ ਹੋਈ ਹੈ, ਚਲੀਏ ਆਪਾਂ। ਉਹਦੇ ਜਿਹੜੀ ਹੋਰ ਕਹਿੰਦਾ ਹੋਣੀ, ਉਹਦੀ ਉਹ ਵੀ ਆਈ ਹੈ, ਨਨਾਣ ਵੀ ਆਈ ਹੈ, ਬੜੀ ਤੇਜ਼ ਆ ਸਗਾਤ ਜਿਹੜੀ ਹੈ ਨਾ, ਉਦੋਂ ਹੀ ਬੜੀ ਸੀ ਨੱਕ ਬੁੱਲ ਵੱਟਣ ਡੀ। ਮਾਮਾ ਜੀ ਚਲੀਏ ਆਪਾਂ, ਤੁਸੀਂ ਸਾਡੇ ਨਾਲ ਚੱਲੋ ਨਾ। ਕਵਲ ਤੈਨੂੰ ਫੋਨ ਲਾਉਂਦਾ ਤੇ ਆਪ ਕਿੱਥੇ ਆਓ? ਮਾਮਾ ਜੀ ਆਪਣੀ ਭੂਆ ਦੇ ਨਾਲ ਗਿਆ ਵਾ ਕਿਤੇ, ਆਉਂਦੇ ਮੈਨੂੰ ਰਾਤ ਪੈ ਜਾਣੀ ਆਉਂਦੇ ਆਉਂਦਿਆਂ। ਚਲੋ ਕੋਈ ਨਹੀਂ ਅਸੀਂ ਚੱਲਦੇ ਹਾਂ। ਚਲੋ ਆ ਚੱਲੀਏ, ਰਹਿਣ ਦੀ ਤਾਂ ਚਾਹ ਰਹਿਣ ਦੇ, ਤੂੰ ਗੈਸ ਬੰਦ ਕਰਕੇ ਆ, ਪਹਿਲਾਂ ਚੱਲੀਏ ਵੀ ਗੱਲ ਕੀ ਹੋਈ ਪਤਾ ਲੱਗੇ ਜਾ ਕੇ, ਉਹ ਬਾਹਰ ਬਹਿ ਕੇ ਰੋਂਡੀ ਗੇਟ ਤੋਂ। ਚਲੋ ਮਾਮਾ ਜੀ ਆ ਜਾਓ, ਚੰਦਰੇ ਮਾਰ ਜੀ ਤੁਹਾਨੂੰ। ਗੱਲ ਹੈ ਵੀ ਜੇ ਐਤਕਾਂ ਦੀ ਸੱਸ ਦਾ ਕਸੂਰ ਹੋਇਆ ਨਾ ਰਿੰਦਰਿਆ, ਐਤਕਾਂ ਇਹਨੂੰ ਤਾਰੇ ਵਿਖਾ ਕੇ ਆਉਣਾ। ਠੀਕ ਹੈ ਡੈਡੀ ਜੀ, ਉਹ ਵੀ ਸਾਰਾ ਨਣਾਣ ਵੀ ਉੱਥੇ ਬੈਠੀ ਸੀ। ਕੋਈ ਨਹੀਂ, ਐਤਕਾਂ ਕੱਢਾਂਗੇ ਜਲੂਸ ਇਹਨਾਂ ਦਾ। ਠੀਕ ਹੈ ਡੈਡੀ ਜੀ, ਚਲੋ। ਨਿੱਟੀ ਠੇ ਇੱਥੇ ਕਾਤੋਂ ਰੋਈ ਜਾਂਦੀ ਆ, ਆਪਣੇ ਪਿਛਲਿਆਂ ਨੂੰ ਰੋ, ਸਾਨੂੰ ਨਾ ਰੋ। ਵਗ ਜਾ ਵਗ ਜਾ, ਜਾ ਤੁਰੀ ਜਾ, ਚਾ ਰਹਿਣ ਦੇ ਕਲਾਣੀ ਨੂੰ, ਆਪੇ ਚਲ ਜੂਗੀ ਜਦੋਂ। ਮੰਮੀ ਮੈਨੂੰ ਕਹਿ ਵਿਖਾਈ ਜਿਹੜੀ ਨੂੰ ਕਹਿ ਛੋੜ ਜਾ, ਉੜ ਜਾ ਇਹਨੂੰ ਕਹਿ ਦੋ। ਕਹਿ ਦਿੰਨੀ ਆ, ਢੀਠੇ ਢੀਠੇ ਚਲ ਜਾ, ਕਲ ਜੋਗਣੀਆਂ ਚਲ ਜਾ, ਪੇਕੇ ਚਲ ਜਾ ਆਪਣੇ, ਉੱਥੇ ਜਾ ਕੇ ਡੁਸਕ ਉਹਨਾਂ ਨੂੰ, ਉਹਨਾਂ ਨੂੰ ਉਹ ਜਿਹਾ ਪੁੱਟੀ ਮਤ ਦਿੱਤੀ। ਇੰਨੀ ਛਿੱਤਰ ਪਰੇਡ ਕੀਤੀ, ਇਹਨੂੰ ਆਖੇ ਲੱਗਣਾ ਨਹੀਂ ਆਉਂਦਾ, ਪਤਾ ਨਹੀਂ ਕਿਹੜੇ ਮਿੱਟੀ ਨੂੰ ਪਾਈ ਹੋਈ ਆ। ਬਹਿ ਜਾ ਨਾ ਖਾਪ, ਦਫਾ ਹੋਣ ਦੇ ਇਹਨੂੰ, ਆਪੇ ਚਲ ਜੂਗੀ ਥਾਕਾਰ ਕੇ। ਮੈਨੂੰ ਜ਼ਹਿਰ ਵਿਖਾਈ ਦੇਣ, ਮੇਰੇ ਚ ਪੇੜ ਪਤਾ ਕਿੰਨੀ ਜ਼ੋਰ ਦੀ ਮਾਰੀ ਆ। ਕੋਈ ਕੋਈ ਨਹੀਂ, ਮੈਂ ਵੀ ਬਥੇਰੀਆਂ ਮਾਰੀਆਂ ਨੇ ਅੱਗੋਂ, ਥੋੜਾ ਕੁੱਟਿਆ ਵਾ। ਮੇਰਾ ਤਾਂ ਕਿਕੜਾ ਮਸਤੀ ਦੀ ਧੂਣ ਮੜੋੜ ਦਵਾ। ਮੜੋੜੀ ਗਈ ਜਦੋਂ ਘਰੋਂ ਬਾਹਰ ਕੱਢ ਦਿੱਤੀ ਹੈ। ਮੰਮੀ ਗੱਡੀ ਦੇ ਵਿੱਚ ਨਾ ਇੱਕ ਬੁੱਢਾ ਜਿਹਾ ਬੈਠਾ ਵਾ, ਤੇ ਜਿੱਦਾਂ ਤੇ ਉਹ ਸੋਨੂੰ ਵੀ ਜੇ ਬੁੱਢਾ ਫਿਰ ਉਹ ਹੋਣਾ ਹੀ ਜਿਹੜਾ ਇਹਦਾ ਮਾਮਾ ਆਇਆ ਸੀ। ਹਾਏ ਮੰਮੀ, ਉਹ ਤੇ ਭਾਵੇਂ ਤੇ ਬੋਲੇ ਬੜਾ। ਹਾਏ ਉਹਨੂੰ ਕਿੱਥੋਂ ਪਤਾ ਲੱਗ ਗਿਆ? ਇਹਨੇ ਸਗਾਤ ਨੇ ਦੱਸਿਆ ਹੋਣਾ, ਪਰ ਇਹਦੇ ਕੋਲ ਤੇ ਫੋਨ ਨਹੀਂ ਸੀ ਹੈਗਾ, ਇਹਨੂੰ ਕਿੱਥੋਂ ਪਤਾ ਲੱਗ ਗਿਆ?
ਰੱਬ ਹੀ ਜਾਣੇ, ਚੱਲ ਚੁੱਪ ਕਰਕੇ ਬਹਿ ਜਾ ਇੱਥੇ। ਕਿਹਨੇ ਚੁੱਪ ਕਰਕੇ ਬਹਿ ਗਿਆ ਇੱਥੇ? ਬਹਿ ਜਾ, ਵੇਖੀ ਜਾਂਦੀ ਕੀ ਕਰਨਾ ਉਹਨੂੰ, ਮੈਂ ਆਵਾਜ਼ ਮਾਰ ਲਾਂਗੀ ਤੇ ਇੱਥੇ ਅੰਦਰ ਬਹਿ ਕੇ ਗੱਲ ਕਰ ਲਓ ਸਾਰੇ ਜਾਣੇ। ਆਹੋ ਇੱਦਾਂ ਹੀ ਸਹੀ ਆ, ਹੁਣ ਪ੍ਰੇਮ ਪਿਆਰ ਨਾਲ ਗੱਲ ਕਰ ਲਾਂਗੇ, ਇਹ ਥੋੜ੍ਹਾ ਹੁਣ ਰੌਲਾ ਪਵਾਉਣਾ। ਚੁੱਪ ਕਰ, ਚੁੱਪ ਕਰ। ਚੱਲ ਚੁੱਪ ਕਰ, ਉਦੋਂ ਹੀ ਨਹੀਂ ਗੱਲਾਂ ਚੰਗੀਆਂ ਕਰਦੀ ਹੈ, ਉਦੋਂ ਗੱਲ ਕਰਦੀ ਹੈ ਕਿਤੇ ਤੇ ਦੀਆਂ ਨਾਸਾਂ ਭੰਦੇ ਅਸੀਂ ਭਲਾ। ਅੰਮਾ ਜੀ ਬੜਾ ਗੁੱਡਿਆ ਮੈਨੂੰ ਇਹਨਾਂ ਨੇ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੂੰ ਟੈਨਸ਼ਨ ਨਾ ਕਰ ਲੈਂਦੇ ਹਾਂ ਇਲਾਜ ਇਹਨਾਂ ਦਾ। ਹੈਂ ਉਹਨਾਂ ਨੇ ਅੰਦਰੋਂ ਗੇਟ ਬੰਦ ਕੀਤਾ, ਅੰਦਰ ਗੇਟ ਸਾਰਾ ਕੁਝ ਖਿਲਾ ਲੈਂਦੇ ਆ, ਗੇਟ ਖੋਲਦਾ ਜੇ ਨਵੇਂ ਕਦੇ। ਚੱਲ ਮੁੰਡਿਆ ਚੱਲ ਕੇ ਉੱਤੋਂ ਗੇਟ ਖੋਲ, ਅੰਦਰੋਂ ਗੇਟ ਕਿੱਦਾਂ ਨਹੀਂ ਖੋਲਦੇ ਭਲਾ, ਉਹ ਗੇਟ ਖੋਲਣਾ ਕਿ ਗੇਟ ਤੁੜਾਉਣਾ ਜੇ? ਉਹ ਖੋਲਣਾ ਗੇਟ ਤੁਸੀਂ ਕਿ ਕੰਨ ਦੱਬ ਕੇ ਆਈਏ ਅਸੀਂ ਅੰਦਰ? ਮੈਨੂੰ ਭਾਜੀ ਤੁਹਾਡਾ ਕੀ ਮਤਲਬ ਹੈ ਮੈਨੂੰ ਧੱਕੇ ਮਾਰਨ ਦਾ? ਤੁਸੀਂ ਕੌਣ ਹੋ ਮੈਨੂੰ ਹੱਥ ਲਾਉਣ ਵਾਲੇ? ਤੁਹਾਡੀ ਕੁੜੀ ਦਾ ਸਾਰਾ ਕਸੂਰ ਜਿਹੜਾ ਇੱਥੋਂ ਤੱਕ ਗੱਲ ਪਹੁੰਚੀ ਆ? ਨਾ ਨਾ ਨਾ, ਤੇਰਾ ਕੋਈ ਕਸੂਰ ਨੀਗਾ, ਉਹਦੇ ਕੁੜੀ ਦੇ ਹੱਥੀ ਅਜੇ ਚੂੜਾ ਸੀ ਜਦੋਂ ਦਾ ਤੂੰ ਕਲੇਸ਼ ਪਾਇਆ। ਮੁੰਡਾ ਸਮਝ ਗਿਆ ਇਸ ਗੱਲ ਨੂੰ, ਤੂੰ ਨਾ ਸਮਝੀ ਪੁੱਠੇ ਦਿਮਾਗ ਵਾਲ ਕੇ ਤੂੰ ਇੰਨਾ ਕੁੜੀ ਨੂੰ ਤੰਗ ਕੀਤਾ, ਤੁਸੀਂ ਦੋਵੇਂ ਲੋਕ ਕੁੜੀ ਨੂੰ ਮਾਰ ਗਏ ਨਾ, ਹੁਣ ਮਾਰੋ ਜੀ ਤੁਹਾਡੇ ਇੱਥੋਂ ਲਾ ਕੇ ਗੋਟਣਾ ਨਾ ਤੁਹਾਡੇ ਵੱਧ ਦਿੱਤੇ ਤੇ ਤੁਸੀਂ ਕੀ ਆਖੋਗੀਆਂ? ਮਾਮਾ ਜੀ ਫੁੱਲਾਂ ਵਰਗੀ ਮੇਰੀ ਨਨਾਣ ਆ, ਮੈਂ ਏਡੀ ਨਾਜਾਂ 'ਚ ਰੱਖੀ ਤੇ ਇਹਨਾਂ ਨੇ ਕੀ ਹਾਲ ਬਣਾ ਛੜਿਆ ਵਾ? ਇਹਨਾਂ ਦਾ ਨੀ ਕਸੂਰ, ਕਸੂਰ ਤਾਂ ਸਾਰਾ ਅੱਜ ਦਾ ਕਮਜ਼ਾਤ ਦਾ ਵਾ, ਇਹ ਹੀ ਇਹਦੇ ਪੇਸ਼ ਪਈ ਆ। ਡੈਡੀ ਜੀ ਆਣ ਕੇ ਨਾ ਪੇਕਿਆਂ ਦੇ ਘਰ ਆ ਜਾਂਦੀ ਹੈ, ਬਹਿ ਜਾਂਦੀ ਹੈ ਤੁਹਾਨੂੰ ਦੁਖੀ ਕਰਨ ਵਾਸਤੇ। ਡੈਡੀ ਜੀ ਇੱਦਾਂ ਕਰੋ, ਇਹਨਾਂ ਦੇ ਮੂੰਹ ਨਾ ਲੱਗੋ, ਪੁਲਿਸ ਨੂੰ ਸੱਦੋ ਤੁਸੀਂ। ਵੀਰ ਜੀ ਤੁਸੀਂ ਇਹਨਾਂ ਦੇ ਮੂੰਹ ਵੱਲ ਕੀ ਵੇਖਣ ਡੇ ਹੋ? ਕੱਢੋ ਫੋਨ ਤੇ ਕਰੋ ਪੁਲਿਸ ਨੂੰ, ਇਹਨਾਂ ਨੇ ਸੁੱਟੀ ਹੈ ਜੇਲ੍ਹ 'ਚ। ਸੁਣੋ ਅਸੀਂ ਪੁਲਿਸ ਨੂੰ ਫੋਨ ਨਹੀਂ ਲਾਉਣਾ, ਅਸੀਂ ਜਨਾਨੀਆਂ ਨਾਲ ਥਾਣੇ ਕਚਹਿਰੇ ਜਾਂਦੀਆਂ ਚੰਗੇ ਲੱਗਦੇ ਆ, ਹੈਗਾ ਨੀ, ਅਸੀਂ ਇੱਜ਼ਤਦਾਰ ਬੰਦੇ ਹਾਂ ਤੇ ਚਲੋ ਇਹਨਾਂ ਦੇ ਕੁੜੀ ਨੂੰ ਘਰੋਂ ਕੱਢਿਆ, ਇਹਨਾਂ ਵਾਸਤੇ ਤਾਂ ਵਾਧੂ ਆ, ਪਰ ਸਾਡੇ ਵਾਸਤੇ ਤਾਂ ਵਾਧੂ ਨਹੀਂ ਨਾ, ਅਸੀਂ ਖਵਾ ਲਾਂਗੇ ਰੋਟੀਆਂ, ਬਾਕੀ ਸਾਨੂੰ ਸ਼ਰਮ ਮਾਰਦੀ ਇਹਦੀ ਕਵਲ ਦੀ, ਇਹਨਾਂ ਦੀ ਕਿਹੜੀ ਗੱਲ ਵਾ? ਚੱਲ ਕੁੜੀਆਂ ਚੱਲ ਗਏ ਅਸੀਂ, ਚਲਾ।